ਅਰੇ ਨੂੰ ਸਤਿ ਸ਼੍ਰੀ ਅਕਾਲ ਜੀ। ਅੱਜ ਮੈਂ ਤੁਹਾਨੂੰ ਬਣਾਉਣਾ ਦੱਸੂੰਗੀ ਇਹ ਵਾਲਾ ਬਾਰਡਰ ਡਿਜ਼ਾਇਨ। ਇਸ ਡਿਜ਼ਾਇਨ ਨੂੰ ਤੁਸੀਂ ਬਾਰਡਰ ਦੇ ਤੌਰ 'ਤੇ ਵੀ ਵਰਤ ਸਕਦੇ ਹੋ, ਜੈਂਟਸ ਸਵੈਟਰ ਦੇ ਵਿੱਚ ਆਲ ਓਵਰ ਵੀ ਬਣਾ ਸਕਦੇ ਹੋ, ਜਿਸ ਤਰ੍ਹਾਂ ਕੋਈ ਕੈਪ ਬਣਾਉਣੀ ਆ ਕੈਪ ਦੇ ਵਿੱਚ ਵੀ ਆਲ ਓਵਰ ਬਣਾ ਸਕਦੇ ਹੋ। ਚਲੋ ਜੀ ਸ਼ੁਰੂ ਕਰਦੇ ਹਾਂ ਡਿਜ਼ਾਇਨ ਬਣਾਉਣਾ। ਇਸ ਡਿਜ਼ਾਇਨ ਨੂੰ ਬਣਾਉਣ ਦੇ ਲਈ ਸਿਲਾਈ ਉੱਪਰ ਤਿੰਨ ਤਿੰਨ ਕੁੰਡਿਆਂ ਦੇ ਹਿਸਾਬ ਨਾਲ ਕੁੰਡੇ ਚਾਹੀਦੇ ਨੇ ਅਤੇ ਇੱਕ ਕੁੰਡਾ ਵੱਧ। ਪਹਿਲੀ ਸਿਲਾਈ ਸਿੱਧੀ ਸੈਡ, ਪਹਿਲਾ ਕੁੰਡਾ ਬੁਣੋ, ਚਾਹੇ ਬਿਨਾਂ ਬੁਣਿਆ ਉਤਾਰੋ, ਤੁਹਾਡੀ ਆਪਣੀ ਮਰਜ਼ੀ ਹੈ, ਪਰ ਮੈਂ ਇਸਨੂੰ ਉਲਟਾ ਬੁਣੂੰਗੀ। ਧਾਗਾ ਦੂਸਰੀ ਸੈਡ, ਇਹ ਦੋ ਕੁੰਡੇ ਸਿੱਧੇ ਬੁਣਨੇ ਨੇ। ਦੇਖੋ ਆਪਾਂ ਸਿੱਧਾ ਕੁੰਡਾ ਇਸ ਤਰ੍ਹਾਂ ਬੁਣਦੇ ਹੁੰਦੇ, ਇਸਨੂੰ ਇਸ ਤਰ੍ਹਾਂ ਨਹੀਂ ਬੁਣਨਾ, ਬੈਕ ਸਾਈਡ ਤੋਂ ਬੁਣਨਾ ਇਸ ਤਰ੍ਹਾਂ, ਅਤੇ ਇਸ ਤਰ੍ਹਾਂ ਧਾਗਾ ਪਾਉਣੇ ਆਪਾਂ, ਇਸ ਤਰ੍ਹਾਂ ਨਹੀਂ ਬੁਣੋ, ਉੱਪਰ ਤੋਂ ਇਸ ਤਰ੍ਹਾਂ ਨੀਚੇ ਵੱਲ ਨਹੀਂ ਪਾਉਣਾ, ਨੀਚੇ ਤੋਂ ਉੱਪਰ ਵੱਲ ਨਹੀਂ, ਉੱਪਰ ਤੋਂ ਨੀਚੇ ਵੱਲ ਇਸ ਤਰ੍ਹਾਂ। ਆਲਾ ਕੁੰਡਾ ਵੀ ਸਿੱਧਾ ਬਣਾਂਗੇ, ਇਸਨੂੰ ਵੀ ਬੈਕ ਸਾਈਡ ਤੋਂ ਬਣਾਂਗੇ, ਉੱਪਰ ਤੋਂ ਨੀਚੇ ਵੱਲ ਧਾਗਾ ਕਰਕੇ। ਧਾਗਾ ਆਪਣੀ ਸਾਈਡ ਇੱਕ ਕੁੰਡਾ ਉਲਟਾ, ਇਸਨੂੰ ਨੋਰਮਲ ਬਣਾਂਗੇ। ਧਾਗਾ ਦੂਸਰੀ ਸਾਈਡ, ਦੋ ਕੁੰਡੇ ਸਿੱਧੇ ਬੁਣਨੇ ਨੇ, ਬੈਕ ਸਾਈਡ ਤੋਂ ਇਸ ਤਰ੍ਹਾਂ ਕੁੰਡਾ ਲੈਣਾ, ਉੱਪਰ ਤੋਂ ਨੀਚੇ ਵੱਲ ਨੂੰ ਧਾਗਾ ਕਰਨਾ, ਇਹ ਕੁੰਡਾ ਵੀ ਬੈਕ ਸਾਈਡ ਤੋਂ ਲੈਣਾ, ਉੱਪਰ ਤੋਂ ਨੀਚੇ ਵੱਲ ਧਾਗਾ ਕਰਕੇ ਇਸਨੂੰ ਬੁਣਨਾ। ਧਾਗਾ ਆਪਣੀ ਸਾਈਡ ਇੱਕ ਕੁੰਡਾ ਉਲਟਾ, ਧਾਗਾ ਦੂਸਰੀ ਸਾਈਡ ਬੈਕ ਸਾਈਡ ਤੋਂ ਇਸ ਕੁੰਡੇ ਨੂੰ ਲਵਾਂਗੇ, ਉੱਪਰ ਤੋਂ ਧਾਗਾ ਨੀਚੇ ਵੱਲ ਲੈ ਕੇ ਜਾਵਾਂਗੇ। ਇਸ ਕੁੰਡੇ ਨੂੰ ਵੀ ਬੈਕ ਸਾਈਡ ਤੋਂ ਲਵਾਂਗੇ, ਉੱਪਰ ਤੋਂ ਧਾਗਾ ਨੀਚੇ ਵੱਲ ਲੈ ਕੇ ਜਾਵਾਂਗੇ। ਧਾਗਾ ਆਪਣੀ ਸਾਈਡ ਇੱਕ ਕੁੰਡਾ ਉਲਟਾ, ਇਸ ਤਰ੍ਹਾਂ ਹੀ ਕਰਦੇ ਹੋਏ ਆਪਾਂ ਪੂਰੀ ਸਿਲਾਈ ਬੁਣ ਕੇ ਕੰਪਲੀਟ ਕਰ ਲੈਂਦੇ ਹਾਂ। ਧਾਗਾ ਆਪਣੀ ਸਾਈਡ ਇੱਕ ਕੁੰਡਾ ਉਲਟਾ, ਧਾਗਾ ਦੂਸਰੀ ਸਾਈਡ ਦੋ ਕੁੰਡੇ ਸਿੱਧੇ ਬੁਣਾਂਗੇ, ਬੈਕ ਸਾਈਡ ਤੋਂ ਉੱਪਰ ਤੋਂ ਧਾਗਾ ਨੀਚੇ ਵੱਲ ਨੂੰ ਲਿਜਾ ਕੇ। ਧਾਗਾ ਆਪਣੀ ਸਾਈਡ ਇੱਕ ਕੁੰਡਾ ਉਲਟਾ, ਧਾਗਾ ਦੂਸਰੀ ਸਾਈਡ ਦੋ ਕੁੰਡੇ ਸਿੱਧੇ ਬੁਣਾਂਗੇ, ਬੈਕ ਸਾਈਡ ਤੋਂ ਉੱਪਰੋਂ ਧਾਗਾ ਨੀਚੇ ਵੱਲ ਲਿਜਾ ਕੇ। ਧਾਗਾ ਆਪਣੀ ਸਾਈਡ ਇੱਕ ਕੁੰਡਾ ਉਲਟਾ, ਧਾਗਾ ਦੂਸਰੀ ਸਾਈਡ ਦੋ ਕੁੰਡੇ ਸਿੱਧੇ ਬੁਣਾਂਗੇ, ਬੈਕ ਸਾਈਡ ਤੋਂ ਉੱਪਰੋਂ ਧਾਗਾ ਨੀਚੇ ਵੱਲ ਨੂੰ ਲਿਜਾ ਕੇ। ਧਾਗਾ ਆਪਣੀ ਸਾਈਡ ਇੱਕ ਕੁੰਡਾ ਉਲਟਾ, ਧਾਗਾ ਦੂਸਰੀ ਸਾਈਡ ਦੋ ਕੁੰਡੇ ਸਿੱਧੇ ਬੁਣਾਂਗੇ, ਬੈਕ ਸਾਈਡ ਤੋਂ ਇਸ ਤਰ੍ਹਾਂ ਉੱਪਰੋਂ ਧਾਗਾ ਨੀਚੇ ਵੱਲ ਨੂੰ ਲਿਜਾ ਕੇ। ਧਾਗਾ ਆਪਣੀ ਸਾਈਡ ਇੱਕ ਕੁੰਡਾ ਉਲਟਾ, ਧਾਗਾ ਦੂਸਰੀ ਸਾਈਡ ਦੋ ਕੁੰਡੇ ਸਿੱਧੇ ਬੁਣਾਂਗੇ, ਬੈਕ ਸਾਈਡ ਤੋਂ ਉੱਪਰੋਂ ਧਾਗਾ ਨੀਚੇ ਵੱਲ ਨੂੰ ਲਿਜਾ ਕੇ। ਧਾਗਾ ਆਪਣੀ ਸਾਈਡ ਇੱਕ ਕੁੰਡਾ ਉਲਟਾ, ਧਾਗਾ ਦੂਸਰੀ ਸਾਈਡ ਬੈਕ ਸਾਈਡ ਤੋਂ ਦੋ ਕੁੰਡੇ ਸਿੱਧੇ ਬੁਣਾਂਗੇ, ਉੱਪਰੋਂ ਧਾਗਾ ਨੀਚੇ ਵੱਲ ਨੂੰ ਲਿਜਾ ਕੇ। ਲਾਸਟ ਦਾ ਕੁੰਡਾ ਤੁਸੀਂ ਉਤਾਰ ਵੀ ਸਕਦੇ ਹੋ, ਸਿੱਧਾ ਵੀ ਬੁਣ ਸਕਦੇ ਹੋ, ਪਰ ਮੈਂ ਇਸਨੂੰ ਵੀ ਉਲਟਾ ਬੁਣੂੰਗੀ। ਦੂਸਰੀ ਸਿਲਾਈ ਉਲਟੀ ਸਾਈਡ, ਪਹਿਲੇ ਤਿੰਨ ਕੁੰਡੇ ਨੋਰਮਲ ਉਲਟੇ ਬੁਣਾਂਗੇ, ਧਾਗਾ ਦੂਸਰੀ ਸਾਈਡ ਇਹ ਕੁੰਡਾ ਸਿੱਧਾ ਬੁਣਨਾ, ਬੈਕ ਸਾਈਡ ਤੋਂ ਇਸ ਤਰ੍ਹਾਂ ਸਿਲਾਈ ਪਾਉਣੀ ਹੈ, ਅਤੇ ਉੱਪਰੋਂ ਧਾਗਾ ਨੀਚੇ ਵੱਲ ਨੂੰ। ਜਿਸ ਤਰ੍ਹਾਂ ਆਪਾਂ ਸਿੱਧੀ ਸਿਲਾਈ 'ਚ ਦੋ ਕੁੰਡੇ ਬੁਣਦੇ ਆਏ ਸੀ, ਉਲਟੀ ਸਿਲਾਈ ਦੇ ਵਿੱਚ ਇੱਕ ਕੁੰਡਾ ਉਸ ਤਰ੍ਹਾਂ ਬੁਣਾਂਗੇ, ਧਾਗਾ ਆਪਣੀ ਸਾਈਡ ਦੋ ਕੁੰਡੇ ਉਲਟੇ, ਇਹ ਨੋਰਮਲ ਉਲਟੇ ਬੁਣਾਂਗੇ। ਧਾਗਾ ਦੂਸਰੀ ਸਾਈਡ ਬੈਕ ਸਾਈਡ ਤੋਂ ਇਸ ਤਰ੍ਹਾਂ ਸਿਲਾਈ ਪਾ ਕੇ ਉੱਪਰੋਂ ਧਾਗਾ ਨੀਚੇ ਨੂੰ ਲਿਜਾ ਕੇ ਕੁੰਡਾ ਸਿੱਧਾ, ਧਾਗਾ ਆਪਣੀ ਸਾਈਡ ਦੋ ਕੁੰਡੇ ਉਲਟੇ, ਧਾਗਾ ਦੂਸਰੀ ਸਾਈਡ ਬੈਕ ਸਾਈਡ ਤੋਂ ਸਿਲਾਈ ਪਾ ਕੇ ਉੱਪਰੋਂ ਧਾਗਾ ਨੀਚੇ ਵੱਲ ਨੂੰ ਲਿਜਾ ਕੇ ਕੁੰਡਾ ਸਿੱਧਾ, ਧਾਗਾ ਆਪਣੀ ਸਾਈਡ ਦੋ ਕੁੰਡੇ ਉਲਟੇ, ਧਾਗਾ ਦੂਸਰੀ ਸਾਈਡ ਬੈਕ ਸਾਈਡ ਤੋਂ ਸਿਲਾਈ ਪਾ ਕੇ ਉੱਪਰੋਂ ਧਾਗਾ ਨੀਚੇ ਵੱਲ ਨੂੰ ਲਿਜਾ ਕੇ ਕੁੰਡਾ ਸਿੱਧਾ, ਧਾਗਾ ਆਪਣੀ ਸਾਈਡ ਦੋ ਕੁੰਡੇ ਉਲਟੇ, ਧਾਗਾ ਦੂਸਰੀ ਸਾਈਡ ਬੈਕ ਸਾਈਡ ਤੋਂ ਸਿਲਾਈ ਪਾ ਕੇ ਉੱਪਰੋਂ ਧਾਗਾ ਨੀਚੇ ਵੱਲ ਨੂੰ ਲਿਜਾ ਕੇ ਕੁੰਡਾ ਸਿੱਧਾ, ਧਾਗਾ ਆਪਣੀ ਸਾਈਡ ਦੋ ਕੁੰਡੇ ਉਲਟੇ, ਧਾਗਾ ਦੂਸਰੀ ਸਾਈਡ ਬੈਕ ਸਾਈਡ ਤੋਂ ਸਿਲਾਈ ਪਾ ਕੇ ਉੱਪਰੋਂ ਧਾਗਾ ਨੀਚੇ ਵੱਲ ਨੂੰ ਲਿਜਾ ਕੇ ਕੁੰਡਾ ਸਿੱਧਾ, ਧਾਗਾ ਆਪਣੀ ਸਾਈਡ ਦੋ ਕੁੰਡੇ ਉਲਟੇ, ਧਾਗਾ ਦੂਸਰੀ ਸਾਈਡ ਬੈਕ ਸਾਈਡ ਤੋਂ ਸਿਲਾਈ ਪਾ ਕੇ ਉੱਪਰੋਂ ਧਾਗਾ ਨੀਚੇ ਨੂੰ ਲਿਜਾ ਕੇ ਕੁੰਡਾ ਸਿੱਧਾ ਬਣਾਂਗੇ, ਧਾਗਾ ਆਪਣੀ ਸਾਈਡ ਦੋ ਕੁੰਡੇ ਉਲਟੇ, ਉਲਟੇ ਕੁੰਡੇ ਨੋਰਮਲ ਬਣਨੇ ਨੇ, ਧਾਗਾ ਦੂਸਰੀ ਸਾਈਡ
ਬੈਕ ਸਾਈਡ ਤੋਂ ਸਿਲਾਈ ਪਾ ਕੇ ਉੱਪਰੋਂ ਧਾਗਾ ਨੀਚੇ ਲਿਜਾ ਕੇ ਕੁੰਡਾ ਸਿੱਧਾ, ਧਾਗਾ ਆਪਣੀ ਸਾਈਡ ਦੋ ਕੁੰਡੇ ਉਲਟੇ, ਧਾਗਾ ਦੂਸਰੀ ਸਾਈਡ ਬੈਕ ਸਾਈਡ ਤੋਂ ਸਿਲਾਈ ਪਾ ਕੇ ਉੱਪਰੋਂ ਧਾਗਾ ਨੀਚੇ ਲਿਜਾ ਕੇ ਕੁੰਡਾ ਸਿੱਧਾ ਬਣਾਂਗੇ, ਧਾਗਾ ਆਪਣੀ ਸਾਈਡ ਲਾਸਟ ਦੇ ਤਿੰਨ ਕੁੰਡੇ ਉਲਟੇ। ਜਿੰਨਾ ਵੀ ਤੁਸੀਂ ਬਾਰਡਰ ਬਣਾਉਣਾ ਗਾ ਇਹਨਾਂ ਦੋ ਸਿਲਾਈਆਂ ਨੂੰ ਕੰਪਲੀਟ ਕਰਦੇ, ਸੋਰੀ ਇਹਨਾਂ ਦੋ ਸਿਲਾਈਆਂ ਨੂੰ ਵਾਰ ਵਾਰ ਰਿਪੀਟ ਕਰਦੇ ਜਾਇਓ ਅਤੇ ਇੱਕ ਸ਼ਾਨਦਾਰ ਬਾਰਡਰ ਤਿਆਰ ਕਰਦੇ ਜਾਇਓ। ਵੀਡੀਓ ਨੂੰ ਲਾਈਕ ਸ਼ੇਅਰ ਔਰ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੀ। ਥੈਂਕ ਯੂ।